ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੱਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਹੀ ਕੈਪਟਨ ਦੇ ਮੰਤਰੀ ਦਾ ਵੱਡਾ ਬਿਆਨ ਆਇਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ 12 ਸਾਲ ਦੀ ਬੱਚੀ ਦੇ ਨਾਲ ਰੇਪ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਨਸ਼ਾ ਵੇਚਣ ਵਾਲੇ ਨੂੰ ਇਸ ਤਰ੍ਹਾਂ ਦੀ ਸਜ਼ਾ ਕਿਉਂ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਅੱਜ ਸਾਰੇ ਹੀ ਰਾਜਨੀਤਿਕ ਦਲਾਂ ਨੂੰ ਇਸ ਮੁੱਦੇ ਉੱਤੇ ਇਕੱਠਾ ਹੋਣਾ ਪਵੇਗਾ। ਮੇਰੀ ਗੱਲ ਦੇਖੋ, ਨਾਮ ਆਉਣੇ ਇਹ ਤਹਿਕੀਕਾਤ ਦੇਖੇ, ਇਨਕੁਆਇਰੀਆਂ ਹੁੰਦੀਆਂ ਨੇ, ਸਭ ਕੁਛ ਹੁੰਦਾ, ਲੇਕਿਨ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜਿਹੜਾ ਕਾਨੂੰਨ ਹੈ ਨਾ, ਇਹ ਰਾਜਿਆਂ ਤੋਂ ਵੀ ਉੱਤੇ ਅਵੇਦ ਲਿਖਦੇ ਆ। ਕਦੇ ਕਦੇ ਥੋੜ੍ਹਾ ਸੌਂਦਾ ਹੈ ਪਰ ਮਰਦਾ ਕਦੇ ਨਹੀਂ। ਕਾਨੂੰਨ ਤੋਂ ਉੱਤੇ ਦੁਨੀਆਂ 'ਚ ਕੋਈ ਨਹੀਂ। ਕੋਈ ਨੈਕਸਸ ਹੋਵੇ ਉਹਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ, ਸਖ਼ਤ ਕਾਨੂੰਨ ਬਣਨੇ ਚਾਹੀਦੇ ਆ। ਅਪਰਾਧ ਕਰਨ ਤੋਂ ਪਹਿਲਾਂ ਲੱਖ ਵਾਰ ਕੁਛ ਸੋਚੇ, ਉਦਾਹਰਣ ਹੋਣੇ ਚਾਹੀਦੇ ਆ। ਜੀ ਵੇਖਣਾ ਦੁਬਈ ਦੇ ਵਿੱਚ ਕੋਈ ਇੱਕ ਜਿਹਦੇ ਕੋਲ ਕੁੜੀ ਲੱਭ ਜੇ ਨਾ, ਕੁੜੀ ਦੱਸਣੀ ਪੈਂਦੀ ਹੈ ਉਹਨੂੰ ਵੀ ਕਿੱਥੋਂ ਆਈ ਹੈ, ਨਹੀਂ ਤਾਂ ਸਾਰੀ ਉਮਰ ਜੇਲ੍ਹ 'ਚ ਸੜਦਾ, ਸਜ਼ਾਏ ਮੌਤ ਸੁਣਾਉਂਦੇ ਆ ਔਰ ਚੁਰਾਹੇ 'ਤੇ ਆ ਕੇ ਲਾ ਲਾਉਂਦੇ ਆ। ਤਾਂ ਇਹ ਇਹ ਉਹਨਾਂ ਥਾਵਾਂ ਦੇ ਉੱਤੇ ਹੈ। ਅੱਜ ਮੈਨੂੰ ਇੱਕ ਗੱਲ ਦੱਸ, ਇੱਕ ਨਾਬਾਲਿਗ ਬੱਚੀ ਦੇ ਨਾਲ ਜਦੋਂ ਜ਼ੁਲਮ ਹੁੰਦਾ ਤਾਂ ਉਹਦਾ ਪਰਿਵਾਰ ਤੜਫਦਾ ਨਹੀਂ? ਮੈਂ ਕਹਿੰਦਾ ਅੱਜ ਪਰਿਵਾਰ ਨਹੀਂ, ਸਮਾਜ ਤੜਫ ਰਿਹਾ। ਇੱਕ ਪਰਿਵਾਰ ਨਹੀਂ, ਇਹ ਸਾਰਾ ਸਮਾਜ ਤੜਫ ਰਿਹਾ। ਔਰ ਇਹ ਕਿਉਂ ਸੋਚਦੇ ਹਾਂ ਆਪਾਂ ਕਿ ਇਹ ਕਿਸੇ ਇੱਕ ਘਰ ਦੀ ਦੇੜੀ ਦੇ ਉੱਤੇ ਦਸਤਕ ਹੈ, ਇਹ ਕਿਸੇ ਦੇ ਘਰ ਦੇ ਵਿੱਚ ਵੀ ਦਸਤਕ ਹੋ ਸਕਦੀ ਹੈ। ਰਾਈਟ, ਰੋਜ਼ ਰੋਜ਼ ਮਰਨ ਨਾਲੋਂ ਮੈਂ ਅੱਜ ਵੀ, ਮੈਨੂੰ ਸਰਦਾਰ ਬਘੇਲ ਸਿੰਘ ਬਟਾਲੇ ਮੈਨੂੰ ਮਿਲੇ ਸੀਗੇ, ਉਹਨਾਂ ਦਾ ਚਿੱਟਾ ਸੂਏ ਵਰਗਾ ਰੰਗ, 80 ਸਾਲ ਦੀ ਉਮਰ, ਕਹਿੰਦਾ ਆਕਾ ਸੁਣ ਮੇਰੀ ਗੱਲ, ਕਹਿੰਦਾ ਛੋਟਾ ਜਿਹਾ ਤੂੰ, ਕਹਿੰਦਾ ਤੈਨੂੰ ਕਾਕਾ ਕਹਾਂ ਚਾਹੇ ਪੁੱਤ ਕਹਾਂ ਇੱਕੋ ਗੱਲ ਹੈ, ਕਹਿੰਦਾ ਮੈਂ ਕਾਠ ਦੀ ਲੜਾਈ ਲੜੀ ਹੈ, ਮੈਂ ਕੱਤਰ ਦੀ ਲੜਾਈ ਲੜੀ ਹੈ, ਮੈਂ ਚਾਈਨਾ ਦੇ ਖਿਲਾਫ਼ ਲੜਿਆ, ਜੰਗਾਂ ਦੇ ਵਿੱਚ ਛਾਤੀਆਂ ਚੌੜੀਆਂ ਕਰਕੇ ਗੋਲੇ ਤੋਪਾਂ ਗੋਲੀਆਂ ਸਭ ਸਹੀਆਂ ਨੇ, ਮੋਢਿਆਂ 'ਚੋਂ ਗੋਲੀਆਂ ਕੱਢੀਆਂ ਨੇ, ਕਹਿੰਦਾ ਮੁਕੱਦਮੇ ਸਹੀ ਹੈ, ਲੇਕਿਨ ਆਪਦੇ ਪੋਤੇ ਨੂੰ ਮੈਂ ਨਾਲੀ ਦੇ ਵਿੱਚ ਪਿਆ ਨਹੀਂ ਦੇਖ ਸਕਦਾ, ਜ਼ਿਆਦਾ ਦੇਰ ਨਹੀਂ ਜੀਊਂਗਾ। ਇਹ ਤਾਂ ਆਤਮਾ ਦੇ ਉੱਤੇ ਆਘਾਤ ਹੈ। ਹਰ ਪਾਰਟੀ ਨੂੰ ਯਥਾਰਥ ਦੇ ਧਰਾਤਲ ਦੇ ਉੱਤੇ ਖੜ੍ਹਾ ਹੋ ਕੇ ਸੋਚਣਾ ਚਾਹੀਦਾ, ਇਕੱਠਿਆਂ ਹੋ ਕੇ, ਮਜ਼ਬੂਤ ਹੋ ਕੇ, ਚਿੰਤਾਵਾਨ ਹੋ ਕੇ ਇਹ ਜੰਗ ਲੜਨੀ ਚਾਹੀਦੀ।